ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਹੁਣ 28 ਤਰੀਕ ਤੱਕ ਜਿਹੜਾ ਉਹਨਾਂ ਨੂੰ ਰਿਮਾਂਡ ਲੈ ਲਿੱਤੀ ਗਈ ਅਰਵਿੰਦ ਕੇਜਰੀਵਾਲ ਦੀ? ਬੀਜੇਪੀ ਇਹ ਕਹਿ ਰਹੀ ਹੈ ਕਿ ਦਿੱਲੀ ਤੋਂ ਸ਼ੁਰੂਆਤ ਹੁੰਦੀ ਹੈ ਔਰ ਪੰਜਾਬ 'ਚ ਐਕਸਾਈਜ਼ ਪਾਲਿਸੀ ਜਿਹੜੀ ਹੈ ਉਸ ਦੀ ਵੀ ਜਾਂਚ ਹੋਵੇ, ਇਸ ਦੇ ਲਈ ਅੱਜ ਬੀਜੇਪੀ ਦਾ ਇੱਕ ਵਫਦ ਸੁਨੀਲ ਜਾਖੜ ਦੀ ਅਗਵਾਈ 'ਚ ਇਲੈਕਸ਼ਨ ਕਮਿਸ਼ਨ ਨੂੰ ਮਿਲ ਰਿਹਾ? ਸਭ ਤੋਂ ਪਹਿਲਾਂ ਮੈਂ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਉਹਨਾਂ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਦਾ, ਮੈਂ ਸਿਰ ਝੁਕਾ ਕੇ ਨਮਨ ਕਰਦਾ। ਅੱਜ ਸ਼ਹੀਦ ਆਜ਼ਮ ਨੇ ਸਾਡੇ ਸ਼ਹੀਦਾਂ ਨੇ ਜਿਹੜੇ ਅਸੂਲਾਂ ਵਾਸਤੇ ਕੁਰਬਾਨੀਆਂ ਦਿੱਤੀਆਂ ਸੀ, ਅੱਜ ਉਹਨਾਂ ਅਸੂਲਾਂ ਦਾ ਕਤਲ ਕੀਤਾ ਜਾ ਰਿਹਾ। ਤੁਸੀਂ ਗੱਲ ਕਰਦੇ ਹੋ ਜਿਹੜੀ ਇਹਨਾਂ ਦੀ ਗੱਲ ਕਰਦੇ ਹੋ ਨਾ ਕਿ ਅਰਵਿੰਦ ਕੇਜਰੀਵਾਲ ਨੂੰ ਇਹਨਾਂ ਨੇ, ਇੱਕ ਬੰਦਾ ਹੈਗਾ ਜੀ ਸ਼ਰਤ ਚੰਦਰ ਜਿਹਨੂੰ ਸਾਊਥ ਲੌਬੀ ਕਹਿੰਦੇ ਆ ਜੀ, ਉਹਦੀ ਅਰਵਿੰਦੋ ਫਾਰਮਾ ਹੈਗੀ ਆ, ਉਹਨੂੰ ਈਡੀ ਨੇ ਅਰੈਸਟ ਕੀਤਾ, ਉਹਨੇ 5 ਕਰੋੜ ਚੰਦਾ ਦਿੱਤਾ ਬੀਜੇਪੀ ਨੂੰ। ਕਿਹਨੂੰ ਦਿੱਤਾ ਜੀ? ਬੀਜੇਪੀ ਨੂੰ, ਅਮਿਤ ਸ਼ਾਹ ਮੋਦੀ ਦੀ ਬੀਜੇਪੀ ਨੂੰ। ਉਹਨੇ ਇੱਕ ਬਿਆਨ ਦਿੱਤਾ ਅਰਵਿੰਦ ਕੇਜਰੀਵਾਲ ਦੇ ਖਿਲਾਫ, 2 ਸਾਲ ਹੋ ਗਏ ਕੇਸ ਚੱਲਦੇ ਨੂੰ, ਹੁਣ ਇਹ ਕਹਿ ਰਹੇ ਉਹਦਾ ਸਰਗਣਾ ਜੀ, ਇਹ 2 ਸਾਲ 'ਚ ਉਹਨਾਂ ਨੂੰ ਪਤਾ ਨਹੀਂ ਲੱਗਿਆ ਸਰਗਣਾ ਹੈਗਾ। ਇਹ ਸਾਰਾ ਕੁਝ ਮੈਚ ਫਿਕਸਡ ਹੈ ਜੀ, ਜਦੋਂ ਮਾਡਲ ਕੋਡ ਲੱਗ ਚੁੱਕਿਆ। ਲੈਵਲ ਪਲੇਇੰਗ ਫੀਲਡ ਕਿੱਥੇ ਹੈ ਜੀ? ਇਲੈਕਸ਼ਨ ਕਮਿਸ਼ਨ ਕਿੱਥੇ ਹੈ ਜੀ? ਲੈਵਲ ਪਲੇਇੰਗ ਫੀਲਡ ਹੋਣਾ ਚਾਹੀਦਾ। ਇਹਨਾਂ ਨੂੰ ਜਿਹੜਾ ਚਾਹੀਦਾ ਹੈਗਾ ਜੀ, ਮਤਲਬ ਜਿਹੜਾ ਇਹ ਸ਼ਹੀਦ ਆਜ਼ਮ ਦੇ ਵਿਚਾਰਾਂ ਦਾ ਕਤਲ ਕਰਦੇ ਆ, ਨਹੀਂ ਕਰਨ ਦੇਵਾਂਗੇ। ਅਰਵਿੰਦ ਕੇਜਰੀਵਾਲ ਜੀ ਪੰਜਾਬ 'ਚ ਵੀ, ਪੰਜਾਬ 'ਚ ਵੀ ਭਾਜਪਾ ਇਲੈਕਸ਼ਨ ਕਮਿਸ਼ਨ ਨੂੰ ਮਿਲ ਰਹੀ ਕਿ ਇਲੈਕਸ਼ਨ ਕਮਿਸ਼ਨ ਨੂੰ ਮਿਲ ਲਈ ਹੋ, 4 ਤਰੀਕ ਤੋਂ ਬਾਅਦ ਜਿਹੜਾ ਕਰਨਾ ਤੁਸੀਂ ਕਰ ਲਈ ਹੋ। ਜੇ ਪਾਲਿਸੀ ਦੀ ਗੱਲ ਕਰਨੀ ਹੈ ਨਾ, ਦਿੱਲੀ ਦੀ ਸਰਕਾਰ ਨੇ ਇੱਕ ਪਾਲਿਸੀ ਬਣਾਈ ਆ, ਮੋਦੀ ਦੀ ਸਰਕਾਰ ਨੇ, ਅਮਿਤ ਸ਼ਾਹ ਦੀ ਸਰਕਾਰ ਨੇ ਇੱਕ ਪਾਲਿਸੀ ਬਣਾਈ ਆ ਜੀ, ਜਿਹੜੇ ਕਾਰਪੋਰੇਟ ਆ ਉਹਨਾਂ ਦਾ ਟੈਕਸ ਘਟਾ ਦਿੱਤਾ ਜੀ, ਇਨਕਮ ਟੈਕਸ ਘਟਾ ਦਿੱਤਾ, 1.5 ਲੱਖ ਕਰੋੜ ਦਾ ਫਾਇਦਾ ਹੋਇਆ ਉਹਨਾਂ ਨੂੰ। ਜਿਹੜੇ ਇਹਨਾਂ ਨੇ ਏਅਰਪੋਰਟ ਦਿੱਤੇ ਆ ਜੀ, ਜਿਹੜੇ ਇਹਨਾਂ ਨੇ ਰੇਲਵੇ ਸਟੇਸ਼ਨ ਦਿੱਤੇ ਆ, ਗੈਸ ਦੇ ਦਿੱਤੇ ਆ ਸਾਰੇ ਜੀ, ਮਤਲਬ ਜਿੰਨੇ ਉਹਨਾਂ ਨੇ, ਮਤਲਬ ਟੈਲੀਕਾਮ ਦਿੱਤਾ ਸਾਰਾ ਜੀ ਅੰਬਾਨੀ ਨੂੰ, ਜਿਹੜੇ ਇਹਨਾਂ ਨੇ ਅਡਾਨੀ ਅੰਬਾਨੀ ਨੂੰ, ਜਿਹੜੇ ਆਪਣੇ ਕਰੋਨੀ ਕੈਪੀਟਲਿਸਟ ਨੂੰ ਦਿੱਤੇ ਆ, ਉਹਦੀ ਵੀ ਜਾਂਚ ਹੋਣੀ ਚਾਹੀਦੀ ਹੈ। ਸਾਰਾ ਇੱਕ ਅੰਡਰ ਸੁਪਰੀਮ ਕੋਰਟ ਜੱਜ ਕੀ ਸਾਰਿਆਂ ਦੀ ਇਨਕੁਆਇਰੀ ਕਰਾਉਂਦੇ ਆ ਕੇਜਰੀਵਾਲ ਦੇ ਅੰਦਰ ਜਾਣ ਦੇ ਨਾਲ, ਅਰਵਿੰਦ ਕੇਜਰੀਵਾਲ ਦੇ ਅੰਦਰ ਜਾਣ ਦੇ ਨਾਲ ਪੈਸੇ ਦਾ, ਇੱਕ ਨਿੱਕੇ ਪੈਸੇ ਦਾ ਭ੍ਰਿਸ਼ਟਾਚਾਰ ਨਹੀਂ, ਜਿਹੜਾ ਕੱਟੜ ਇਮਾਨਦਾਰ ਬੰਦੇ ਉਹ ਅੰਦਰ ਜਾ ਰਹੇ ਆ, ਔਰ ਜਿਹੜੇ ਬੇਈਮਾਨ ਹੈ ਸਾਰੇ ਬੀਜੇਪੀ 'ਚ, ਚਾਹੇ ਉਹ ਅਜੀਤ ਪਵਾਰ ਹੋਵੇ ਜੀ, ਚਾਹੇ ਏਕਨਾਥ ਸ਼ਿੰਦੇ ਹੋਵੇ, ਚਾਹੇ ਉਹ ਮਹਿੰਤਾ ਬਿਸਵਾ ਸ਼ਰਮਾ ਹੋਵੇ, ਤੁਸੀਂ ਬੀਜੇਪੀ ਵਿੱਚ ਚਲੇ ਜਾਓ, ਤੁਸੀਂ ਪਾਕ ਸਾਫ ਹੈ। ਅਰਵਿੰਦ ਕੇਜਰੀਵਾਲ ਕੱਲ ਨੂੰ ਜਵਾਨ ਕਰ ਜਾਣਵਾ ਜਾਣਗੇ, ਬਾਹਰ ਆ ਜਾਣਗੇ ਜੀ। ਅਰਵਿੰਦ ਕੇਜਰੀਵਾਲ ਲੜਨਗੇ, ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਪਾਰਟੀ ਤੇ ਕੀ ਅਸਰ ਬਣੇਗਾ? ਔਰ ਦੂਸਰਾ ਇਹ ਵੀ ਸਵਾਲ ਹੈ ਕਿ ਦਿੱਲੀ ਦਾ ਨੈਕਸਟ ਸੀਐਮ ਕੌਣ ਹੋਏਗਾ, ਜਾਂ ਅਰਵਿੰਦ ਕੇਜਰੀਵਾਲ ਹੀ ਜੇਲ੍ਹ ਤੋਂ ਜਿਹੜਾ ਵਾ ਦਿੱਲੀ ਸਰਕਾਰ ਚਲਾਉਣਗੇ? ਦਿੱਲੀ ਤੋਂ ਅਰਵਿੰਦ ਕੇਜਰੀਵਾਲ ਸਾਡੇ ਮੁੱਖ ਮੰਤਰੀ ਸੀ, ਹੈ ਔਰ ਰਹਿਣਗੇ, ਨੈਸ਼ਨਲ ਕਨਵੀਨਰ ਸੀ, ਹੈ ਔਰ ਰਹਿਣਗੇ, ਸਰਕਾਰ ਚਲਾਉਣਗੇ, ਜੇਲ੍ਹ ਤੋਂ ਚਲਾਉਣਗੇ। ਤੁਸੀਂ ਪੁੱਛਿਆ ਆਮ ਆਦਮੀ ਪਾਰਟੀ ਦੇ ਕੀ ਅਸਰ ਹੋਏਗਾ, ਆਮ ਆਦਮੀ ਪਾਰਟੀ ਉੱਪਰ ਜਾਏਗੀ, ਬੀਜੇਪੀ ਦਾ ਬਹੁਤ ਬੁਰਾ ਹਾਲ ਹੋਏਗਾ, ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਕਹਿੰਦੇ ਹੁੰਦੇ ਆ ਨਾ ਜੀ, ਵਿਪਰੀਤ ਬੁੱਧੀ ਵਿਨਾਸ਼ ਕਾਲ, ਇਹਨਾਂ ਦੀ ਜਿਹੜੀ ਬੁੱਧੀ ਆ ਉਹ ਵਿਪਰੀਤ ਹੋ ਗਈ, ਹੁਣ ਇਹਨਾਂ ਦਾ ਵਿਨਾਸ਼ ਕਾਲ ਸ਼ੁਰੂ ਹੈ ਜੀ। ਠੀਕ ਹੈ।